ਇੱਥੇ ਸਾਰੇ ਹੀ ਉਸ ਸਤਿਗੁਰ ਦੇ ਮਹਾਰਾਜ ਦੇ ਚਰਨਾਂ ਚ ਸਾਰੇ ਹੀ ਜਿੱਦਾਂ ਭੌੜਾ ਫੁੱਲ ਦੇ ਉੱਪਰ ਮੰਡਰਾ ਜਾਂਦਾ ਹੈ, ਮਸਤ ਹੋ ਜਾਂਦਾ ਹੈ, ਅਸੀਂ ਸਾਰੀ ਸਾਡੀਆਂ ਜੀਵਾਤਮਾ ਰੂਹਾਂ ਸਤਿਗੁਰਾਂ ਦੇ ਚਰਨਾਂ ਚ ਆ ਕੇ ਮਸਤ ਹੋ ਰਹੀਆਂ। ਔਰ ਉਹ ਮਸਤੀ ਨੂੰ ਦੇਣ ਵਾਲੇ ਕੌਣ ਹੈ? ਉਹ ਬੰਦੀ ਛੋੜ ਮਹਾਰਾਜ ਸਤਿਗੁਰ ਰਕਬੇ ਵਾਲੇ, ਗਊਆਂ ਵਾਲੇ, ਭੂਰੀ ਵਾਲੇ। ਮੈਨੂੰ ਸਤਿਗੁਰਾਂ ਦੀ ਇੱਕ ਲਾਈਨ ਯਾਦ ਆ ਗਈ, ਗਊਆਂ ਵਾਲੇ ਇਸ ਦਿਨ ਤੇ ਬਹੁਤ ਮਸਤੀ ਨਾਲ ਇਸ ਲਾਈਨ ਨੂੰ ਗਾਇਆ ਕਰਦੇ ਸੀ, ਕਿਉਂਕਿ ਉਹ ਸੱਚਮੁੱਚ ਹੀ ਘਟਨਾ ਸਾਡੇ ਨਾਲ ਘਟ ਰਹੀ ਹੈ। ਅਸੀਂ ਸਾਰੇ ਭੌੜੇ ਹਾਂ, ਸਾਡਾ ਮਨ ਰੂਪੀ ਜੀਵ ਭੌੜਾ ਸਤਿਗੁਰਾਂ ਦੇ ਚਰਨ ਕਮਲਾਂ ਦੇ ਫੁੱਲ ਤੇ ਮੰਡਰਾ ਰਿਹਾ। ਜਿਹੜੇ ਸੱਚਮੁੱਚ ਹੀ ਇੱਦਾਂ ਆਏ ਉਹਨਾਂ ਨੂੰ ਫਿਰ ਰਸ ਸਵਾਦਨ ਆਉਂਦਾ, ਉਹਨਾਂ ਨੂੰ ਆਨੰਦ ਆਉਂਦਾ। ਸਤਿਗੁਰ ਗੰਗਾ ਵਾਲੇ ਕਿਹਾ ਕਰਦੇ ਸੀ ਇੱਕ ਲੈਣ, ਆਓ ਸਾਰੇ ਮਿਲ ਕੇ ਅਸੀਂ ਵੀ ਸਤਿਗੁਰਾਂ ਦੇ ਚਰਨਾਂ ਚ ਆਪਣੀ ਬੇਨਤੀ ਕਰੀਏ। ਦਰ ਸਤਿਗੁਰ ਦੇ ਆਏ ਭੁੱਖੇ ਪੌਰ ਵਾਸ਼ਨਾ ਦੇ, ਅੱਜ ਸਤਿਗੁਰ ਦੇ ਆਏ ਭੁੱਖੇ ਪੌਰ ਵਾਸ਼ਨਾ ਦੇ, ਅੱਜ ਦਰ ਸਤਿਗੁਰ ਦੇ ਆਏ ਭੁੱਖੇ ਪੌਰ ਵਾਸ਼ਨਾ ਦਰ ਸਤਿਗੁਰ ਦੇ ਆਏ ਭੁੱਖੇ ਪੌਰ ਵਾਸ਼ਨਾ ਦੇ, ਅੱਜ ਦਰ ਬੰਦੀ ਛੁੜ ਦੇ ਆਏ ਭੁੱਖੇ ਪੌਰ ਵਾਸ਼ਨਾ ਦੇ, ਅੱਜ ਦਰ ਬੰਦੀ ਛੁੜ ਦੇ ਆਏ ਭੁੱਖੇ ਪੌਰ ਵਾਸ਼ਨਾ ਦੇ, ਅੱਜ ਦਰ ਬੰਦੀ ਛੁੜ ਦੇ ਆਏ ਪੌਰ ਵਾਸ਼ਨਾ ਸਤਿਗੁਰ ਭੇਜੇ, ਹਮ ਸੈਲਾਨੀ ਸਤਿਗੁਰ ਭੇਜੇ, ਸੈਲਾਨੀ ਬੋਲੋ ਸਾਰੇ ਭੇਜੇ, ਹਮ ਸੈਲਾਨੀ ਸਤਿਗੁਰ ਭੇਜੇ, ਸੈਰ ਕਰਨ ਕੋ ਆਏ ਭੁੱਖੇ ਪੌਰ ਵਾਸ਼ਨਾ, ਅੱਜ ਸਤਿਗੁਰ ਦੇ ਆਏ ਭੁੱਖੇ ਪੌਰ ਵਾਸ਼ਨਾ ਦੇ, ਅੱਜ ਸਤਿਗੁਰ ਦੇ ਸ਼ਬਦ ਸਮਾਏ ਭੁੱਖੇ ਪੌਰ ਵਾਸ਼ਨਾ, ਅੱਜ ਦਰ ਸਤਿਗੁਰ ਦੇ ਆਏ ਭੁੱਖੇ ਪੌਰ ਵਾਸ਼ਨਾ ਦੇ, ਸਤਿਗੁਰ ਦੇ ਆਏ ਭੁੱਖੇ ਪੌਰ ਵਾਸ਼ਨਾ ਦੇ, ਅੱਜ ਦਰ ਸਤਿਗੁਰ ਦੇ ਆਏ ਭੁੱਖੇ ਪੌਰ ਵਾਸ਼ਨਾ ਦੇ, ਹਮਰੇ ਮਰਿਆ ਕੋਈ ਨ ਰੋਇਓ, 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 ਜੋ ਰੋਏ ਪਛਤਾਏ ਭੁੱਖੇ ਪੌਰ ਵਾਸ਼ਨਾ, ਅੱਜ ਦਰ ਸਤਿਗੁਰ ਦੇ ਆਏ ਭੁੱਖੇ ਪੌਰ ਵਾਸ਼ਨਾ, ਅੱਜ ਸਤਿਗੁਰ ਦੇ ਆਏ ਭੁੱਖੇ ਪੌਰ ਵਾਸ਼ਨਾ ਦੇ, ਅੱਜ ਦਰ ਸਤਿਗੁਰ ਦੇ ਆਏ ਭੁੱਖੇ ਪੌਰ ਵਾਸ਼ਨਾ ਦੇ, ਅੱਜ ਦਰ ਪੂਰੀ ਵਾਲ ਦੇ ਆਏ ਭੁੱਖੇ ਪੌਰ ਵਾਸ਼ਨਾ, ਅੱਜ ਦਰ ਪੂਰੀ ਵਾਲ ਦੇ ਆਏ ਭੁੱਖੇ ਪੌਰ ਵਾਸ਼ਨਾ, ਪੂਰੀ ਵਾਰ ਦੇ
हंसा कारण देह तरी है, हंसा कारण देह तरी है, सो पर लोक पठाए दुखे पार वासना अज दर रख व्याल दे आए दुखे पार वासना दे अज ਦਰ ਰੱਖ ਵਾਲੇ ਦੇ ਆਏ ਭੁੱਖੇ ਪਰ ਵਾਸਨਾ ਦੇ ਰੱਖ ਵਾਲੇ ਦੇ ਆਏ ਭੁੱਖੇ ਪਰ ਵਾਸਨਾ ਦੇ ਅੱਜ ਦਰ ਰੱਖ ਵਾਲੇ ਦੇ ਆਏ ਭੁੱਖੇ ਪਰ ਵਾਸਨਾ ਦੇ ਕਹੇ ਕਬੀਰ ਸੁਣੋ ਭਈ ਸਾਧੂ ਕਹੇ ਕਬੀਰ ਸੁਣੋ ਭਈ ਸਾਧੂ ਕਬੀਰ ਸੁਣੋ ਭਈ ਸਾਧੂ ਕਹੇ ਕਬੀਰ ਸੁਣੋ ਭਈ ਸਾਧੂ ਕਹੇ ਕਬੀਰ ਸੁਣੋ ਭਈ ਸਾਧੂ ਕਹੇ ਕਬੀਰ ਸੁਣੋ ਭਈ ਸਾਧੂ ਕਬੀਰ ਸੁਣੋ ਭਈ ਸਾਧੂ ਕਹੇ ਕਬੀਰ ਸੁਣੋ ਭਈ ਸਾਧੂ ਅਜਰ ਅਮਰ ਪਦ ਪਾਏ ਭੁੱਖੇ ਪਰ ਵਾਸਨਾ ਦੇ ਅਜ ਦਰ ਗੋਆ ਵਾਲੇ ਦੇ ਆਏ ਭੁੱਖੇ ਪਰ ਵਾਸਨਾ ਦੇ ਅਜ ਦਰ ਗੋਆ ਵਾਲੇ ਦੇ ਆਏ ਭੁੱਖੇ ਪਰ ਵਾਸਨਾ ਅਜ ਦਰ ਗੋਆ ਵਾਲੇ ਦੇ ਆਏ ਭੁੱਖੇ ਪਰ ਵਾਸਨਾ ਅਜ ਦਰ ਗੋਆ ਵਾਲੇ ਦੇ ਆਏ ਭੁੱਖੇ ਪਰ ਵਾਸਨਾ ਅਜ ਦਰ ਗੋਆ ਵਾਲੇ ਦੇ ਆਏ ਭੁੱਖੇ ਪਰ ਵਾਸਨਾ ਦੇ ਦਰ ਗੋਆ ਵਾਲੇ ਦੇ ਆਏ ਭੁੱਖੇ ਪਰ ਵਾਸਨਾ ਦੇ ਅਜ ਦਰ ਗੋਆ ਵਾਲੇ ਦੇ ਆਏ ਭੁੱਖੇ ਪਰ ਵਾਸਨਾ ਦੇ ਪ੍ਰੇਮੀ ਸੱਜਣੋ ਅਸੀਂ ਸੱਚਮੁੱਚ ਹੀ ਸਾਰੇ ਹੀ ਪੌਰ ਜਿਸ ਤਰ੍ਹਾਂ ਪੌਰ ਪੌਰਾ ਜਿਹੜਾ ਹੈ ਕਮਲ ਦੇ ਫੁੱਲ ਤੇ ਫੁੱਲਾਂ ਤੇ ਮੰਡਰਾਉਂਦਾ ਹੈ ਔਰ ਉਹ ਮਸਤ ਹੋ ਜਾਂਦਾ ਹੈ ਸਾਡਾ ਮਨ ਰੂਪੀ ਜੀਵ ਸਤਿਗੁਰ ਦੇ ਬੰਦੇਸ਼ਵਰ ਮਹਾਰਾਜ ਜੀ ਦੇ ਚਰਨ ਕਮਲ ਰੂਪੀ ਫੁੱਲਾਂ ਤੇ ਮੰਡਰਾ ਰਿਹਾ ਹੈ ਇਹ ਸਾਕਸ਼ਾਤ ਉਦਾਹਰਣ ਹੈ ਤੁਹਾਡੀ ਇੰਨੀ ਵੱਡੀ ਤਾਦਾਦ ਜਿਹੜੇ ਤੁਸੀਂ ਆਏ ਤੁਸੀਂ ਸਾਰੇ ਹੀ ਸਤਿਗੁਰਾਂ ਦੇ ਮੁਰੀਦ ਹੋ ਸਤਿਗੁਰਾਂ ਦੇ ਤੁਸੀਂ ਪਿਆਰੇ ਹੰਸ ਹੋ ਔਰ ਤੁਸੀਂ ਸਾਰੇ ਹੀ ਪੌਰ ਹੋ ਪੌਰ ਜਿਹੜਾ ਕਿ ਫੁੱਲ ਤੇ ਬੈਠ ਕੇ ਮਸਤੀ ਲੈਂਦਾ ਹੈ ਉਹ ਮਨ ਰੂਪੀ ਸਾਡਾ ਪੌੜਾ ਜਦੋਂ ਸਤਿਗੁਰਾਂ ਦੇ ਚਰਨ ਕਮਲਾਂ ਤੇ ਆ ਜਾਂਦਾ ਹੈ ਫਿਰ ਉਹ ਸੁੱਧ ਬੁੱਧ ਭੁੱਲ ਜਾਂਦਾ ਹੈ ਸੰਸਾਰ ਦੀ ਉਹਨੂੰ ਕਿਸੇ ਪ੍ਰਕਾਰ ਦੀ ਸੁੱਧ ਨਹੀਂ ਰਹਿੰਦੀ